ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ, ਅਤੇ ਇਸ ਚੀਜ਼ ਨੂੰ ਸਕਿੱਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ। ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ ਪਿਆਰਿਓ, ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਤੁਹਾਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ, ਫਿਜ਼ੀਓਥਰੈਪੀ, ਅੱਖਾਂ ਦੇ ਇਲਾਜ, ਹੋਰ ਵੀ ਸਾਰੇ ਇਲਾਜ ਇੱਕੋ ਛੱਤ ਥੱਲੇ ਹੁੰਦੇ ਨੇ ਬਿਲਕੁਲ ਲਾਗਤ ਮੁੱਲ ਨਾਲ। ਔਰ ਆ ਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੱਧ ਪ੍ਰੇਮੀਆਂ ਨੂੰ ਰੋਜ਼ ਪ੍ਰਸ਼ਾਦਾ ਮਿਲਦਾ। ਆਪ ਵੀ ਪੇਟ ਭਰ ਕੇ ਛਕਦੇ ਨੇ, ਪਰਿਵਾਰ ਵੀ ਉਹਨਾਂ ਦੇ ਛਕਦੇ, ਔਰ ਅਸੀਸਾਂ ਕਿਹਨੂੰ ਦਿੰਦੇ ਨੇ? ਤੁਹਾਨੂੰ, ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੋ ਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ, ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਦੇ ਮਾਧਿਅਮ ਰਾਹੀਂ। ਔਰ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ। ਮੇਰੀ ਸਭ ਨੂੰ ਬੇਨਤੀ ਹੈ, ਆਪ ਜੀ ਵੀ ਜੇ ਇਹਨਾਂ ਸੇਵਾਵਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਯੋਗਦਾਨ ਤੁਸੀਂ ਜੋ ਤੁਹਾਡੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀ ਹੈ, ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਆਪਣੀ ਸੇਵਾ ਪਾ ਕੇ, ਜੋ TV 'ਤੇ ਨੰਬਰ ਚੱਲ ਰਹੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਵੀ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ QR ਕੋਡ ਦੇ ਰਾਹੀਂ ਵੀ ਭੇਜ ਸਕਦੇ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ, ਔਰ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ ਨਾਲ Paytm ਵੀ ਕਰ ਸਕਦੇ ਹੋ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ। ਹਰ ਪਲ, ਹਰ ਘੜੀ, ਹਰ ਸਮੇਂ ਤੁਹਾਡੀਆਂ ਅਸੀਸਾਂ ਨੂੰ ਅਸੀਂ ਲੋਚਦੇ ਹਾਂ। ਆਪਣੀਆਂ ਅਸੀਸਾਂ ਔਰ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਪਿਆਰ ਦੇ ਵਿੱਚ ਤੁਸੀਂ ਬਣਾ ਕੇ ਰੱਖਿਓ ਜੀ, ਔਰ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 19 ਅਕਤੂਬਰ ਨੂੰ ਆਉਣਾ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ, 19 ਅਕਤੂਬਰ ਨੂੰ, ਅਤੇ ਉਸੇ ਸੰਬੰਧ ਦੇ ਵਿੱਚ, ਕਿਉਂਕਿ 2 ਵਾਰੀ ਖੁੱਲ੍ਹੇ ਪਾਠਾਂ ਦੀ ਸੇਵਾ ਸਾਰੀ ਸੰਗਤ ਕਰਦੀ ਹੈ ਰਲ ਮਿਲ ਕੇ, 19 ਅਕਤੂਬਰ ਨੂੰ ਦਿਹਾੜਾ ਮਹਾਰਾਜ ਦਾ। ਪਰ 27 ਅਕਤੂਬਰ ਨੂੰ ਜਿਹੜਾ ਚੁਪਹਿਰਾ ਹੋਣਾ ਨਾ, ਉਹਦੇ ਵਿੱਚ ਆਪਾਂ ਗੁਰੂ ਰਾਮਦਾਸ ਦਾ ਗੁਰਪੁਰਬ ਮਨਾਉਣਾ। ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਪਿਆਰਿਓ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਸ਼ੁਰੂ ਕਰ ਦਿਓ। ਇੱਕ ਇੱਕ ਸਹਿਜ ਪਾਠ ਇੱਕ ਇੱਕ ਪਰਿਵਾਰ ਜ਼ਰੂਰ ਕਰੇ, ਇਹ ਮੇਰੀ ਬੇਨਤੀ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, 10 ਪਾਠ ਇੱਕ ਮੈਂਬਰ ਰੋਜ਼ ਦੇ ਜਪਜੀ ਸਾਹਿਬ ਦੇ ਕਰਨੇ ਸ਼ੁਰੂ ਕਰ ਦਿਓ, ਰੋਜ਼ ਦੇ ਇੱਕ ਇੱਕ ਮੈਂਬਰ, ਅਤੇ 5 ਜੀ ਨੇ 50 ਪਾਠ ਹੋ ਗਏ ਰੋਜ਼ ਦੇ, ਇਸੇ ਤਰ੍ਹਾਂ ਲੜੀ ਸ਼ੁਰੂ ਕਰ ਦਿਓ। ਹੁਣ ਭਾਵੇਂ ਸੁਖਮਨੀ ਸਾਹਿਬ ਦੇ 2 ਪਾਠ ਕਰ ਲਓ ਰੋਜ਼ ਦੇ, ਇੱਕ ਇੱਕ ਮੈਂਬਰ, ਭਾਵੇਂ ਤੁਸੀਂ ਮੂਲ ਮੰਤਰ ਦੀਆਂ 1 ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦੀਆਂ 6 ਵਾਲਾ ਇੱਕ ਇੱਕ ਪ੍ਰੇਮੀ ਰੋਜ਼ ਫੇਰਨੀਆਂ ਸ਼ੁਰੂ ਕਰ ਦੇਵੇ। ਇੱਕ ਕਾਪੀ ਲਾ ਲਓ,
ਕਾਪੀ ਦੇ ਉੱਤੇ ਰੋਜ਼ ਸ਼ੁਕਰਾਨੇ ਦੇ ਵਿੱਚ ਲਿਖਣਾ, ਇੰਨੀ ਸੇਵਾ ਗੁਰੂ ਰਾਮਦਾਸ ਜੀ ਨੇ ਮੇਰੇ ਗਰੀਬਣੀ ਕੋਲੋਂ, ਮੇਰੇ ਗਰੀਬ ਕੋਲੋਂ ਨਿਤਨੇਮ ਕਰਨ ਦੀ ਲਈ ਹੈ ਜੀ। ਤੇ ਉਹ ਜਿੰਨਾ ਜੋੜ ਬਣੇਗਾ ਫਿਰ 25 ਅਕਤੂਬਰ ਤੱਕ ਉਹ ਫਿਰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ। 25 ਅਕਤੂਬਰ ਨੂੰ ਤੁਸੀਂ ਉਹ ਦਿੱਤੇ ਨੰਬਰਾਂ ਦੇ ਉੱਤੇ ਆਪਣੀ ਗਿਣਤੀ ਲਿਖਵਾਉਣੀ ਖੁੱਲੇ ਜਾਪ ਦੀ, ਤੇ 27 ਅਕਤੂਬਰ ਨੂੰ ਚੁਪਹਿਰੇ ਦੇ ਵਿੱਚ ਉਹ ਅਰਦਾਸ ਹੋਏਗੀ, ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਮਨਾਉਣਾ, 27 ਅਕਤੂਬਰ ਨੂੰ ਉਹਦੀ ਫਿਰ ਅਰਦਾਸ ਹੋਣੀ ਮਹਾਰਾਜ ਜੀ ਦੀ ਮਿਹਰ ਦੇ ਨਾਲ। ਔਰ ਏਡਾ ਜਦੋਂ ਜਪ ਤਪ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੁਸੀਂ ਕੀਤਾ ਹੋਏਗਾ, ਇੰਨੇ ਜਪ ਤਪ ਦੀ ਜਦੋਂ ਹਾਜ਼ਰੀ ਲੱਗੇਗੀ ਨਾ ਸੰਗਤ ਦੇ ਵਿੱਚ, ਪਤਾ ਨਹੀਂ ਕਿੰਨੇ ਕੁ ਬੰਧਨ ਗੁਰੂ ਰਾਮਦਾਸ ਨੇ ਉਸ ਦਿਨ ਕੱਟਣੇ ਸਾਡੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ, ਉਹ ਤੇ ਗੁਰੂ ਰਾਮਦਾਸ ਦਾ ਆਗਮਨ ਪੁਰਬ ਆਪਾਂ ਮਨਾਉਣਾ, ਤੇ ਬਖਸ਼ਿਸ਼ਾਂ ਉਹਨੇ ਦੇਣੀਆਂ ਹੀ ਦੇਣੀਆਂ। ਇਹ ਅੱਜ ਤੋਂ ਹੀ ਆਪਣੇ ਘਰਾਂ ਵਿੱਚ ਕਾਪੀਆਂ ਲਾ ਲਓ, ਤੁਹਾਡੇ ਘਰ ਕੋਈ ਕੰਮ ਕਰਨ ਵਾਲੀ ਵੀ ਹੈ ਨਾ, ਦੁੱਧ ਦੇਣ ਵਾਲਾ ਵੀ, ਉਹਨੂੰ ਵੀ ਕਹੋ ਬਈ ਇੰਨੀ ਬਾਣੀ ਪੜ੍ਹ, ਇੰਨੇ ਪਾਠ ਕਰੋ। ਕਹੇ ਨਹੀਂ ਪੜ੍ਹ ਸਕਦਾ, ਉਹਨੂੰ ਕਹੇ ਵਾਹਿਗੁਰੂ ਵਾਹਿਗੁਰੂ ਕਰ ਲੈ ਇੰਨੀ ਵਾਰੀ ਰੋਜ਼ ਕਰਿਆ ਕਰ। ਕੋਈ ਵੀ ਮੈਂਬਰ ਹੈ ਤੁਹਾਡੀਆਂ ਦੁਕਾਨਾਂ ਤੇ ਲੱਗੇ ਨੇ ਮੁੰਡੇ, ਕੋਈ ਵਰਕਰ ਨੇ, ਹਰੇਕ ਨੂੰ ਇਹ ਨੇਮ ਦੇ ਦਿਓ ਬਈ ਤੂੰ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈ, ਖੁਸ਼ੀਆਂ ਲੈ। ਔਰ ਜਿੰਨਾ ਜਪ ਤਪ ਹੋਵੇ 25 ਅਕਤੂਬਰ ਨੂੰ ਤੁਸੀਂ ਫਿਰ ਜਿਹੜੇ ਨੰਬਰ ਟੀਵੀ ਸਕਰੀਨ ਤੇ ਚੱਲਣਗੇ ਉਹਨਾਂ ਦੇ ਉੱਤੇ ਤੁਸੀਂ ਡਿਟੇਲ ਲਿਖਵਾਉਣੀ, ਔਰ 27 ਅਕਤੂਬਰ ਨੂੰ ਇਹ ਸਾਰੇ ਜਪ ਤਪ ਦੀ ਅਰਦਾਸ ਹੋਏਗੀ। ਇਹ ਬੇਨਤੀਆਂ ਪ੍ਰਮਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ। ਜੋ ਤੁਸੀਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਨੂੰ ਦਸਵੰਧ ਦਿੰਦੇ ਹੋ, ਤੁਹਾਡੇ ਦਿੱਤੇ ਦਸਵੰਧ ਦੇ ਨਾਲ ਇੱਥੇ ਦਾਤਾ ਬੰਦੀ ਸ਼ੋਰ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ ਹੈ, ਔਰ 1000 ਤੋਂ ਵੱਧ ਬੱਚੇ ਇਸ ਸਕੂਲ ਦੇ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰ ਰਹੇ ਨੇ ਬਿਲਕੁਲ ਨੋਰਮਲ ਜੀਆਂ ਫੀਸਾਂ 'ਤੇ। ਹਿੱਕ 'ਤੇ ਹੱਥ ਮਾਰ ਕੇ ਕਹਿੰਦਾ, ਬਾਕੀ ਸਕੂਲਾਂ ਦੇ ਵਿੱਚ CBSE ਸਕੂਲਾਂ 'ਚ ਜਾ ਕੇ ਰੇਟ ਪਤਾ ਕਰਕੇ ਫਿਰ ਇੱਥੇ ਆਇਓ, ਤੁਹਾਨੂੰ ਆਪ ਮਾਣ ਮਹਿਸੂਸ ਹੋਏਗਾ ਕਿ ਸਾਡਾ ਦਿੱਤਾ ਦਸਵੰਧ ਕਿਸ ਲੇਖੇ ਲੱਗ ਰਿਹਾ। ਤੁਹਾਡੀ ਦਿੱਤੀ ਮਾਇਆ ਦੇ ਨਾਲ ਹੀ ਇੱਥੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਹੋਰ ਕੋਈ ਘਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ, ਜਿਨ੍ਹਾਂ ਦੇ ਬਿਲਕੁਲ ਛੋਟੇ ਛੋਟੇ ਬੱਚੇ ਨੇ, ਜਦੋਂ ਉਹਨਾਂ ਦੇ ਮੁੱਖ ਦੇ ਵਿੱਚ ਤੁਹਾਡੀ ਮਾਇਆ ਅੰਨ ਦਾ ਦਾਣਾ ਬਣ ਕੇ ਪਹੁੰਚਦੀ ਹੈ, ਅਸੀਸਾਂ ਤੁਹਾਡੀ ਝੋਲੀ 'ਚ ਪੈਂਦੀਆਂ। ਇਸ ਤੋਂ ਇਲਾਵਾ ਇੱਥੇ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ 3 ਸਾਲ ਦਾ ਕੋਰਸ ਹੈ ਲੜਕਿਆਂ ਦਾ ਗੁਰਮਤਿ ਦਾ, ਕੀਰਤਨ ਵੀ ਸਿੱਖਦੇ ਨੇ, ਤਬਲਾ ਵੀ ਸਿੱਖਦੇ, ਔਰ ਗੁਰਬਾਣੀ ਦੀ ਸੰਥਿਆ ਵੀ ਪ੍ਰਾਪਤ ਕਰਦੇ ਨੇ। ਆਓ ਭਾਗਾਂ ਵਾਲਿਓ, ਆਪਣੇ ਆਪਣੇ ਦਸਵੰਧ ਨੂੰ ਸਫਲਾ ਕਰੀਏ, ਔਰ ਇਸ ਟਰੱਸਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ। ਆਪਣਾ ਦਸਵੰਧ ਤੁਸੀਂ ਜੋ TV ਸਕਰੀਨ ਦੇ ਉੱਤੇ ਤੁਹਾਡੇ ਅਕਾਊਂਟ ਡਿਟੇਲ ਚੱਲ ਰਹੀ ਇਹਨਾਂ 'ਚ ਵੀ ਪਾ ਸਕਦੇ ਹੋ, QR ਕੋਡ ਵੀ ਚੱਲ ਰਿਹਾ ਉਹਨੂੰ ਸਕੈਨ ਕਰਕੇ ਵੀ ਆਪਣੀ ਸੇਵਾ ਭੇਜ ਸਕਦੇ ਹੋ, ਔਰ ਆਪਣੀ ਸੇਵਾ ਤੁਸੀਂ ਸਾਨੂੰ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਆ ਰਿਹਾ। ਔਰ ਸੇਵਾ ਅਕਾਊਂਟਾਂ ਦੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਜੋ TV ਸਕਰੀਨ 'ਤੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਜ਼ਰੂਰ ਕਰਿਓ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਭੇਜਿਆ ਜਾ ਸਕੇ। ਆਓ ਇਸ ਭਲੇ ਦੀ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥੀ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਤਿਆਗ ਸਿਆਣਪ ਚਤਰੀ, ਤੇ ਇਹ ਸਿਆਣਪ ਦਾ ਤਿਆਗ ਕਰਨਾ, ਚਤਰਾਈਆਂ ਦਾ ਤਿਆਗ ਕਰਨਾ ਵੀ ਮੈਨੂੰ ਕਿੰਨੇ ਸਿਖਾਇਆ ਮਹਾਂਪੁਰਖਾਂ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨਿਮਾਉਣਾ ਬਣ ਕੇ ਰਹਿਣਾ ਕਿੰਨੇ ਸਿਖਾਇਆ ਮਹਾਂਪੁਰਖਾਂ ਨੇ।
ਮੈਨੂੰ ਕੁਦਰਤੀ ਗੱਲ ਚੇਤੇ ਆਈ, ਅੱਜ ਤੋਂ 20-22 ਸਾਲ ਪੁਰਾਣੀ ਗੱਲ ਹੈ। ਸਾਡੇ 15-20 ਦਿਨਾਂ ਦੇ ਸਮਾਗਮ ਸੀ ਮਹਾਰਾਸ਼ਟਰ, ਉਹ ਇਲਾਕਿਆਂ 'ਚ ਬੰਬੇ, ਨਾਸਿਕ, ਔਰੰਗਾਬਾਦ ਉੱਧਰ, ਅਤੇ ਮੈਂ 20-22 ਦਿਨਾਂ ਦਾ ਸਮਾਗਮ ਕਰਕੇ ਅੰਮ੍ਰਿਤਸਰ ਸਾਹਿਬ ਜਦੋਂ ਪਹੁੰਚਿਆ, ਸ਼ਹੀਦਾਂ ਸਾਹਿਬ ਗਿਆ, ਫਿਰ ਮੈਂ ਮਹਾਂਪੁਰਖਾਂ ਦੇ ਦਰਸ਼ਨ ਕਰਨ, ਭਾਈ ਸਾਹਿਬ ਜੀ ਦੇ, ਗੁਰ ਇਕਬਾਲ ਸਿੰਘ ਜੀ ਦੇ, ਕਿ ਜਿਨ੍ਹਾਂ ਨੇ ਸਾਰੀਆਂ ਸੀਸਾਂ ਦਿੱਤੀਆਂ, ਉਂਗਲੀ ਫੜ ਕੇ ਇਹ ਰਾਹ 'ਤੇ ਤੋਰਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਸਾਡਾ ਨਿਕਾਹ ਜਿਹਾ ਕਿਤੇ ਰੁਮਾਲ ਵੀ ਡਿੱਗ ਪਵੇ ਨਾ, ਕੋਈ ਚੱਕ ਕੇ ਦੇ ਦੇ, ਅਸੀਂ ਉਹਦਾ ਧੰਨਵਾਦ ਕਰਦੇ ਹਾਂ, ਧੰਨਵਾਦ, ਸ਼ੁਕਰਾਨਾ ਕਰਦੇ ਹਾਂ, ਸ਼ੁਕਰਾਨਾ। ਅਤੇ ਜਿਹਨੇ ਸਾਰਾ ਜੀਵਨ ਦਿੱਤਾ ਹੋਵੇ ਉਹਦਾ ਵੀ ਸ਼ੁਕਰਾਨਾ ਕਰਨਾ ਨਹੀਂ ਭੁੱਲਣਾ, ਅਕਿਰ ਘਣ ਨਹੀਂ ਬਣਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਕੋਈ ਵੀ ਮਹਾਂਪੁਰਖ ਮਿਲੇ, ਸਾਧੂ ਜਨ ਮਿਲੇ, ਜਿਹਨੇ ਤੁਹਾਨੂੰ ਜੋੜਿਆ, ਪਿਆਰੇ ਉਹ ਪੈਰੀ ਹੱਥ ਲਾਇਆ ਕਰੋ। ਤੁਸੀਂ ਕਹੋਗੇ ਕਿ ਕਹੀ ਜਾਂਦੇ, ਕਈ ਤੇ ਪੈਰੀ ਹੱਥ ਦੇ ਨਾਮ ਤੋਂ ਹੀ ਚੜ੍ਹਨ ਲੱਗ ਪੈਂਦੇ। ਅੱਛਾ ਪਿਆਰੇ, ਉਹ ਸਾਡੀਆਂ ਧੀਆਂ ਜਦੋਂ ਵਿਆਹੀਆਂ ਜਾਂਦੀਆਂ, ਅਸੀਂ ਸਿਖਾਉਂਦੇ ਨਹੀਂ ਬੱਚੀਆਂ ਨੂੰ ਬਈ ਜਾਏਗੀ ਸਹੁਰੇ ਘਰ, ਸਹੁਰੇ ਦੇ ਪੈਰੀ ਹੱਥ ਨਹੀਂ, ਸੱਸ ਦੇ ਪੈਰੀ ਹੱਥ ਨਹੀਂ, ਪਤੀ ਦੇ ਪੈਰੀ ਹੱਥ ਨਹੀਂ, ਉਹਦੀ ਇੱਜ਼ਤ ਕਰੀ, ਚਾਰ ਬੰਦਿਆਂ 'ਚ ਬੈਠੇਗੀ, ਉਹਦਾ ਮਾਣ ਵਧਾਈ। ਛੋਟੇ ਛੋਟੇ ਬੱਚੇ ਨੇ, ਅਸੀਂ ਸਿਖਾਉਂਦੇ ਹਾਂ ਉਹਨਾਂ ਨੂੰ, ਬੱਚਿਓ ਰੋਜ਼ ਮਾਤਾ ਪਿਤਾ ਦੇ ਪੈਰੀ ਹੱਥ ਲਾਉਣਾ, ਮਾਪਿਆਂ ਦਾ ਸਤਿਕਾਰ ਕਰਨਾ, ਸਿਖਾਉਂਦੇ ਹਾਂ ਨਾ। ਅਤੇ ਜੇ ਕਿਤੇ ਬੱਚੇ ਨਾ ਲਾਉਣ ਵਾਲੇ ਹੋਣ, ਅਸੀਂ ਕਹਿੰਦੇ ਯਾਰ ਇਹਨਾਂ ਨੂੰ ਤਾਂ ਅਕਲ ਹੀ ਨਹੀਂ, ਇਹ ਤਾਂ ਸਾਡੀ ਇੱਜ਼ਤ ਨਹੀਂ ਕਰਦੇ। ਨੂੰ ਕੋਈ ਇਹੋ ਜਿਹੀ ਆ ਜਾਵੇ, ਸੱਸ ਸਹੁਰੇ ਦੀ ਇੱਜ਼ਤ ਨਾ ਕਰੇ, ਮੱਥਾ ਨਾ ਟੇਕੇ, ਅਸੀਂ ਕਹਿੰਦੇ ਮਾਂ ਨੇ ਇਹਨੂੰ ਸਿਖਾਇਆ ਕੀ ਹੈ। ਉਹ ਇੱਕ ਆਮ ਉਮਰ ਤੋਂ ਵੱਡਾ ਬੰਦਾ ਹੈ, ਉਹਦੇ ਪੈਰੀ ਹੱਥ ਅਸੀਂ ਲਾਉਂਦੇ ਹਾਂ। ਤੇ ਜੇ ਕਮਾਈ ਵਾਲੇ ਜਿਨ੍ਹਾਂ ਨੇ ਸਭ ਕੁਝ ਦਿੱਤਾ ਉਹਨਾਂ ਦੇ ਪੈਰੀ ਹੱਥ ਲਾ ਲੇਗਾ, ਕੀ ਵਿਗੜ ਜਾਏਗਾ ਤੇਰਾ, ਮਿਲਣਾ ਹੀ ਹੈ, ਘਟਣਾ ਕੁਝ ਨਹੀਂ। ਤੇ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ, ਜੋ ਦੀਸੇ ਗੁਰਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਓ, ਨਿਮ ਨਿਮ ਕੇ ਉਹਨਾਂ ਦੇ ਪੈਰੀ ਪੈ ਜਾ। ਤੇ ਕਹਿ ਨਾਮ ਜਪਣ ਵਾਲਿਓ, ਜਿਵੇਂ ਤੁਸੀਂ ਗੁਰੂ ਦੀਆਂ ਖੁਸ਼ੀਆਂ ਲਈਆਂ, ਢੰਗ ਮੈਨੂੰ ਵੀ ਸਿਖਾ ਦਿਓ ਜੀ। ਸੁਣਿਓ, ਮੈਂ ਗਿਆ ਮਹਾਂਪੁਰਖਾਂ ਦੇ ਕੋਲ, ਭਾਈ ਸਾਹਿਬ ਜੀ ਦੇ ਕੋਲ। ਜਦੋਂ ਮੈਂ ਕਮਰੇ 'ਚ ਐਂਟਰ ਹੋਣ ਲੱਗਾ, 5-6 ਫੁੱਟ ਦੀ ਦੂਰੀ 'ਤੇ ਸੀ, ਮੈਨੂੰ ਕਹਿੰਦੇ ਆਓ ਗੁਰੂ ਦੇ ਕੀਰਤਨੀਓ ਬੈਠੋ। ਮੈਂ ਕਿਹਾ ਜੀ ਤੁਹਾਡਾ ਬੱਚਾ। ਕਹਿੰਦੇ ਕੀਰਤਨੀਓ ਬੈਠੋ। ਮੈਂ ਕਿਹਾ ਜੀ ਤੁਹਾਡਾ ਬੱਚਾ। ਕਹਿੰਦੇ ਵੱਡਾ ਕੀਰਤਨੀ ਆਇਆ, ਬਹਿ ਜਾ। ਮੈਂ ਕਿਹਾ ਜੀ ਤੁਹਾਡਾ ਬੱਚਾ। ਉਸ ਵੇਲੇ ਮੈਨੂੰ ਕੁਝ ਦੇਣਾ ਸੀ, ਕਹਿੰਦੇ ਕੀ ਕਿਹਾ ਜੀ। ਮੈਂ ਕਿਹਾ ਜੀ ਤੁਹਾਡਾ ਬੱਚਾ। ਕਹਿੰਦੇ ਫਿਰ ਕਹਿ। ਮੈਂ ਕਿਹਾ ਜੀ ਤੁਹਾਡਾ ਬੱਚਾ। ਕਹਿੰਦੇ ਫਿਰ ਕਹਿ। ਮੈਂ ਕਿਹਾ ਜੀ ਤੁਹਾਡਾ ਬੱਚਾ। ਕਹਿੰਦੇ ਕਿ ਗੱਲ ਕਵਾਂ। ਮੈਂ ਕਿਹਾ ਜੀ ਹੁਕਮ ਕਰੋ। ਕਹਿੰਦੇ ਬੱਚਾ ਬਣਿਆ ਰਹੇਗਾ ਤੇ ਬੱਚਿਆ ਰਹੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਸ਼ਾਰਾ ਕੀ ਸੀ? ਮਾਲਕ ਦੇ ਦਰ ਦੇ ਉੱਤੇ ਆ ਕੇ ਜੇ ਮਾਲਕ ਦਾ ਬੱਚਾ ਬਣਿਆ ਰਹੇਗਾ ਤੇ ਬੱਚਿਆ ਰਹੇਗਾ, ਕਿਉਂਕਿ ਜਿਹੜੇ ਇੱਥੇ ਆ ਕੇ ਈਗੋ ਵਿੱਚ ਰਹਿੰਦੇ ਆ, ਅਹੰਕਾਰ ਵਿੱਚ ਰਹਿੰਦੇ ਆ ਕਿ ਮੈਂ ਕੁਝ ਬਣ ਗਿਆ, ਸੱਚੀ ਗੱਲ ਹੈ ਉਹਨਾਂ ਦਾ ਵਜੂਦ ਨਹੀਂ ਰਹਿੰਦਾ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ। ਤੇ ਜਿਹੜੇ ਇੱਥੇ ਆ ਕੇ ਜਿੰਨਾ ਆਪਣੇ ਆਪ ਨੂੰ ਮਿਟਾਉਣ ਦੀ ਅੰਦਰੋਂ ਮਿਟਾਉਣ ਦੀ ਜਿਹੜੇ ਕੋਸ਼ਿਸ਼ ਕਰਦੇ ਹਨ, ਸੱਚੀ ਗੱਲ ਹੈ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹਨਾਂ ਨੂੰ ਉਹਨਾਂ ਹੋਰ ਚਮਕਾ ਚਮਕਾ ਕੇ ਬਾਹਰ ਕੱਢੀ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜਿਹੜੇ ਕਹਿੰਦੇ ਆ ਨਾ ਕਿ ਮੈਂ ਕੁਝ ਨਹੀਂ, ਬਾਬਾ ਆਨੰਦ ਸਿੰਘ ਜੀ ਨੇ ਆਹੀ ਗੱਲ ਕਹੀ ਸੀ ਬਾਬਾ ਮਾਂ ਹਰਨਾਮ ਸਿੰਘ ਜੀ ਨੂੰ, ਜੀ ਮੇਰਾ ਦੁਨੀਆਂ ਦੇ
ਕੋਨੇ ਦੇ ਵਿੱਚ ਸੂਈ ਦੇ ਨੱਕੇ ਜਿੰਨਾ ਨਾਮ ਨਾ ਹੋਵੇ ਮੈਂ ਇਹ ਮੰਗਦਾ। ਤੇ ਬਾਬਾ ਮਾਂ ਹਰਨਾਮ ਸਿੰਘ ਜੀ ਨੇ ਇਹਨੇ ਗੱਲ ਕਹੀ ਸੀ, ਨੰਦ ਸਿਆ ਦੁਨੀਆਂ ਦਾ ਕੋਈ ਵੀ ਕੋਨਾ ਇਹੋ ਜਿਹਾ ਨਹੀਂ ਹੋਏਗਾ ਜਿੱਥੇ ਸੂਈ ਦੇ ਨੱਕੇ ਦੇ ਉੱਤੇ ਵੀ ਤੇਰਾ ਨਾਮ ਗੂੰਜਵੀਂ ਆਵਾਜ਼ ਵਿੱਚ ਗੱਜੇਗਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਦੁਨੀਆਂ ਦੇ ਹਰ ਕੋਨੇ ਵਿੱਚ ਤੇਰਾ ਨਾਮ ਗੂੰਜੇਗਾ, ਹਰ ਜਗ੍ਹਾ ਦੇ ਉੱਤੇ ਤੇਰਾ ਨਾਮ ਲਿਆ ਜਾਏਗਾ। ਇੱਥੇ ਜਿਹੜਾ ਆਪਣੇ ਆਪ ਨੂੰ ਮਿਟਾਉਂਦਾ ਬਾਪੂ ਦਿੰਦਾ ਹੀ ਸਭ ਕੁਝ ਉਹਨੂੰ, ਪਰ ਮਿਟਾਵੇ ਆਪਣੇ ਆਪ ਨੂੰ ਅੰਦਰੋਂ, ਦਿਖਾਵੇ ਮਾਤਰਣੀ ਜੀ ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡਾ ਦਾਸ ਹਾਂ, ਮੈਂ ਕੁਝ ਵੀ ਨਹੀਂ। ਬੋਲਾਂ ਨਾਲ ਕਿਹਾ ਤੇ ਕੀ ਕਿਹਾ, ਬੋਲ ਤੇ ਦੁਨੀਆਂ ਵੇਖਦੀ ਹੈ, ਉਹ ਅੰਦਰੋਂ ਕਹਿ ਅੰਦਰੋਂ ਮੈਂ ਕੱਖ ਵੀ ਨਹੀਂ। ਸੱਚੀ ਗੱਲ ਫਿਰ ਦੁਨੀਆਂ ਵੇਖਦੀ ਹੈ, ਜਿਹੜਾ ਅੰਦਰੋਂ ਆਪਣੇ ਆਪ ਨੂੰ ਮਿਟਾਉਂਦਾ ਹੈ ਨਾ ਗੁਰੂ ਰਾਮਦਾਸ, ਉਹਦੇ ਉੱਤੇ ਕਿਵੇਂ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲੀ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ। ਇਹ ਸਿਖਾਇਆ ਕਿੰਨੇ, ਸਿਆਣਪ ਦਾ ਤਿਆਗ ਕਰਨਾ, ਚਤਰਾਈਆਂ ਦਾ ਤਿਆਗ ਕਰਨਾ ਇੱਕ ਨਾਮ ਜਪਣ ਵਾਲੇ ਨੇ। ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਸਿਆਣਪਾਂ ਦਾ ਚਤਰਾਈਆਂ ਦਾ ਤਿਆਗ ਕਰਦੇ ਬਖਸ਼ਿਸ਼ਾਂ ਵਰਤਦੀਆਂ ਹੀ ਉਦੋਂ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਭਾਈ ਜੇਠਾ ਜੀ ਅੱਜ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਤਰਸਦੇ ਹਾਂ, ਜਿਹੜੇ ਗੁਰੂ ਰਾਮਦਾਸ ਬਣ ਗਏ, ਗੁਰੂ ਅਮਰਦਾਸ ਜੀ ਨੇ ਪੇਪਰ ਪਾਇਆ ਭਾਈ ਰਾਮਾ ਜੀ ਦੇ ਉੱਤੇ ਵੀ ਤੇ ਭਾਈ ਜੇਠਾ ਜੀ ਦੇ ਉੱਤੇ ਵੀ, ਥੜੇ ਬਣਾਓ, ਥੜੇ ਬਣਾ ਕੇ ਤਿਆਰ ਕੀਤੇ ਦੋਵਾਂ ਨੇ, ਹੈਂਜੀ ਦੋਵੇਂ ਜਵਾਈ ਸਨ। ਜਦੋਂ ਥੜੇ ਬਣ ਕੇ ਹੋਏ ਤਿਆਰ ਤੇ ਗੁਰੂ ਅਮਰਦਾਸ ਪਾਤਸ਼ਾਹ ਪਤਾ ਸ਼ਾਮੀ ਉਧਰੋਂ ਲੰਘੇ, ਕਹਿੰਦੇ ਜਿਹੋ ਜੇ ਕਹੇ ਥੜੇ ਉਹੋ ਜਿਹੇ ਨਹੀਂ ਬਣੇ, ਢਾ ਦਿਓ। ਉਹਨਾਂ ਢਾਲਤੇ, ਦੂਜੀ ਵਾਰੀ ਕਿਹਾ, ਤੀਜੀ ਵਾਰੀ ਉਹਨਾਂ ਬਣਾਏ, ਫਿਰ ਢਾਏ, ਤੇ ਹੁਣ ਤੀਜੀ ਚੌਥੀ ਵਾਰੀ ਨਾ ਭਾਈ ਰਾਮਾ ਜੀ ਕਾਲੇ ਪੈ ਗਏ, ਕਹਿੰਦੇ ਜਿਹੋ ਜਿਹੇ ਥੜੇ ਤੁਸੀਂ ਕਹਿ ਕੇ ਜਾਂਦੇ ਅਸੀਂ ਤੇ ਉਹੋ ਜਿਹੇ ਬਣਾਉਂਦੇ, ਤੁਸੀਂ ਆਪ ਹੀ ਭੁੱਲ ਜਾਂਦੇ ਕਿਹੋ ਜਿਹੇ ਕਹੇ ਸੀ, ਤੁਹਾਡੀ ਉਮਰ ਵਡੇਰੀ ਹੋ ਗਈ, ਤੁਸੀਂ ਆਪ ਹੀ ਭੁੱਲ ਜਾਂਦੇ। ਤੇ ਭਾਈ ਜੇਠਾ ਜੀ ਦਿਮਾਗ ਤੇ ਉਹਨਾਂ ਦਾ ਵੀ ਬਹੁਤ ਸੀ, ਉਦੋਂ ਸਿਆਣਪ ਮਾਰ ਸਕਦੇ ਸੀ, ਜਵਾਬ ਦੇ ਸਕਦੇ ਸੀ, ਚਤਰਾਈ ਕਰ ਸਕਦੇ ਸੀ, ਕਹਿ ਸਕਦੇ ਸੀ ਕਿ ਜਿਹੋ ਜਿਹਾ ਕਿਹਾ ਉਹੋ ਜਿਹਾ ਮੈਂ ਬਣਾਇਆ, ਤੁਹਾਨੂੰ ਆਪ ਭੁੱਲ ਗਿਆ। ਪਰ ਨਹੀਂ, ਸਿਆਣਪ ਛੱਡਤੀ, ਚਤਰਾਈ ਛੱਡਤੀ। ਭਾਈ ਜੇਠਾ ਜੀ ਨੂੰ ਕਹਿੰਦੇ ਗੁਰੂ ਅਮਰਦਾਸ, ਜੇਠਿਆ ਜਿਹੋ ਜਿਹਾ ਛੜਾ ਕੇ ਉਹੋ ਜਿਹਾ ਨਹੀਂ ਬਣਿਆ। ਤੇ ਉਸ ਵੇਲੇ ਭਾਈ ਜੇਠਾ ਜੀ ਨੇ ਨਿਮਰਤਾ ਚ ਹੱਥ ਜੋੜੇ ਤੇ ਇੰਨੀ ਗੱਲ ਕਹੀ, ਮਹਾਰਾਜ ਮੈਂ ਅਲਪਗ ਜੀਵਾਂ, ਤੁਸੀਂ ਸਰਬੱਗ, ਮੈਂ ਸੰਸਾਰੀ ਆ, ਤੁਸੀਂ ਨਿਰੰਕਾਰ ਹੋ, ਮੈਂ ਭੁੱਲਣ ਹਾਰ ਆ, ਤੁਸੀਂ ਨਿਰੰਕਾਰ ਦੱਤੇ ਹੋ। ਮਹਾਰਾਜ ਜਿਹੋ ਜਿਹਾ ਤੁਸੀਂ ਕਹਿੰਦੇ ਮੈਂ ਬੜੀ ਕੋਸ਼ਿਸ਼ ਕਰਦਾ ਉਹੋ ਜਿਹਾ ਥੜਾ ਬਣੇ, ਪਰ ਮੈਂ ਗਰੀਬ ਕੋਲੋਂ ਉਹੋ ਜਿਹਾ ਬਣ ਨਹੀਂ ਪਾ ਰਿਹਾ, ਤੁਸੀਂ ਕਿਰਪਾ ਕਰਕੇ ਮੇਰੇ ਸਿਰ ਤੇ ਹੱਥ ਰੱਖ ਕੇ ਜਿਹੋ ਜਿਹਾ ਆਪ ਹੀ ਬਣਵਾਉਣਾ ਚਾਹੁੰਦੇ ਹੋ ਤੁਸੀਂ ਆਪ ਹੀ ਬਣਵਾ ਲਓ। ਸ਼ੁਕਰਾਨੇ ਧੰਨ ਗੁਰੂ ਰਾਮਦਾਸ ਜੀ। ਉਸੇ ਵੇਲੇ ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਨੇ ਗੱਲ ਨਾਲ ਲਾ ਲਿਆ, ਗੱਲ ਨਾਲ ਲਾ ਕੇ ਇੰਨੀ ਗੱਲ ਕਹੀ, ਜੇਠਿਆ ਅਸੀਂ ਆਹ ਥੜਾ ਨਹੀਂ, ਅਸੀਂ ਤੇ ਉਹ ਖਿਰਦੇ ਰੂਪੀ ਥੜਾ ਲੱਭਦੇ ਸਾਂ ਕਿ ਕਿੱਥੇ ਗੁਰੂ ਨਾਨਕ ਦੀ ਜੋਤ ਨੂੰ ਟਿਕਾਉਣਾ ਹੈ, ਸਾਨੂੰ ਉਹ ਥੜਾ ਲੱਭਿਆ। ਫਿਰ ਚੌਥੇ ਗੁਰੂ ਨਾਨਕ ਬਣੇ ਗੁਰੂ ਰਾਮਦਾਸ, ਭਾਈ ਜੇਠਾ ਜੀ ਚੌਥੇ ਗੁਰੂ ਨਾਨਕ ਬਣ ਗਏ। ਤੇ ਕਦੀ ਵੀ ਭੋਲੇ ਭਾਵੀ ਇਹ ਨਾ ਕਿਹਾ ਕਰੋ, ਗੁਰੂ ਨਾਨਕ ਦੀ ਚੌਥੀ ਜੋਤ ਦਾ ਆਗਮਨ ਪੁਰਬ ਹੈ, ਗੁਰੂ ਨਾਨਕ ਦੀ ਛੇਵੀਂ ਜੋਤ ਦਾ ਆਗਮਨ ਪੁਰਬ, ਨਹੀਂ ਇਹ ਬੇਦਬੀ ਹੈ। ਜੋਤ ਇੱਕੋ ਹੀ ਹੈ,
ਰੂਪ ਬਦਲੇ ਨੇ। ਚੌਥੇ ਰੂਪ ਦਾ ਆਗਮਨ ਪੁਰਬ, ਛੇਵੇਂ ਰੂਪ ਦਾ ਆਗਮਨ ਪੁਰਬ, ਦੂਜੇ ਰੂਪ ਦਾ ਆਗਮਨ ਪੁਰਬ। ਜੋਤ ਇੱਕੋ ਹੀ, ਕਦੀ ਨੀ ਇਹ ਕਹਿਣਾ ਚਾਹੀਦਾ ਦੂਜੀ ਜੋਤ ਤੀਜੀ ਜੋਤ, ਨਹੀਂ, ਜੋਤ ਇੱਕੋ ਹੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ। ਜਦੋਂ ਆਪਣੀਆਂ ਚਤਰਾਈਆਂ ਛੱਡੀਆਂ, ਸਿਆਣਪਾਂ ਛੱਡੀਆਂ, ਜੇਠਾ ਜੀ ਜੇਠਾ ਜੀ ਨੀ ਰਹੇ, ਗੁਰੂ ਰਾਮਦਾਸ ਬਣ ਗਏ। ਹੁਣ ਤੁਸੀਂ ਦੱਸੋ ਜੀ ਮੈਨੂੰ, ਭਾਈ ਲੈਣਾ ਜੀ ਬੜੀ ਬੁੱਧੀ ਸੀ ਉਹਨਾਂ ਕੋਲ, ਬੜੀ ਅਕਲ ਵਾਲੇ ਸੀ, ਬੜੀ ਸੋਚੀ ਵਾਲੇ ਸੀ, ਬੜੇ ਸੂਝਵਾਨ ਸੱਜਣ ਸੀ ਭਾਈ ਲੈਣਾ ਜੀ, ਜਿਹੜੇ ਗੁਰੂ ਅੰਗਦ ਸਾਹਿਬ ਬਾਅਦ ਚੋਂ ਬਣੇ। ਪਰ ਕਿੱਡੀ ਹੈਰਾਨਗੀ ਦੀ ਗੱਲ, ਆਪਣੀ ਮੱਤ ਗੁਰੂ ਨਾਨਕ ਅੱਗੇ ਰੱਖੀ ਕੋਈ ਨੀ। ਜੇ ਗੁਰੂ ਨਾਨਕ ਨੇ ਕਿਹਾ ਨਾ ਭਾਈ ਲੈਣੇ ਆ ਦਰਖਤ ਚਾੜ, ਮਠਿਆਈਆਂ ਡਿੱਗਣਗੀਆਂ, ਸੰਗਤ ਬੜੀ ਆ ਗਈ, ਮਠਿਆਈਆਂ ਛਕਾਉਣੀਆਂ, ਤੇ ਉਸ ਵੇਲੇ ਇਹ ਨੀ ਕਿਹਾ ਮਹਾਰਾਜ ਦਰਖਤਾਂ ਤੋਂ ਮਠਿਆਈਆਂ ਕਾਹਤੋਂ ਡਿੱਗਦੀ, ਇੱਥੋਂ ਤੇ ਡਿੱਗਦੀਆਂ ਹੀ ਨਹੀਂ, ਉਹ ਤੁਰ ਪਏ ਹਿਲਾਉਣ ਵਾਸਤੇ ਦਰਖਤ। ਉਦੋਂ ਕਈ ਹੋਰ ਸੀ ਬੰਦੇ, ਉਹਨਾਂ ਨੇ ਰੋਕਿਆ, ਕਹਿੰਦੇ ਲੈਣੇ ਆ ਕੀ ਕਰਦਾ, ਕਦੀ ਦਰਖਤਾਂ ਨੂੰ ਵੀ ਮਠਿਆਈਆਂ ਲੱਗੀਆਂ, ਦਰਖਤ ਝਾੜੇਗਾ ਮਠਿਆਈਆਂ ਇਹ ਕਿਵੇਂ ਡਿੱਗ ਸਕਦੀਆਂ, ਕਦੀ ਦਰਖਤਾਂ ਨੂੰ ਮਠਿਆਈਆਂ ਲੱਗੀਆਂ। ਤੇ ਉਸ ਵੇਲੇ ਭਾਈ ਲੈਣਾ ਜੀ ਨੇ ਹੱਥ ਜੋੜੇ, ਨੈਣ ਕਟੋਰੇ ਭਰ ਆਏ, ਤੇ ਉਸ ਵੇਲੇ ਜਵਾਬ ਪਤਾ ਕੀ ਦਿੱਤਾ, ਕਹਿਣ ਲੱਗੇ ਗੁਰੂ ਨਾਨਕ ਨੇ ਹੁਕਮ ਕੀਤਾ ਮੈਨੂੰ ਦਰਖਤ ਝਾੜਨ ਵਾਸਤੇ, ਦਰਖਤ ਹਿਲਾਉਣ ਵਾਸਤੇ, ਮੈਂ ਤੇ ਹੁਕਮ ਮੰਨ ਕੇ ਦਰਖਤ ਨੂੰ ਹਿਲਾਉਣਾ ਹੈ, ਦਰਖਤ ਨੂੰ ਹਿਲਾਉਣਾ ਮੇਰਾ ਕਰਮ, ਮਠਿਆਈਆਂ ਡੇਗੇ ਨਾ ਡੇਗੇ ਉਹਦਾ ਕਰਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ, ਮਠਿਆਈਆਂ ਡੇਗੇ ਨਾ ਡੇਗੇ ਉਹਦੀ ਮਰਜ਼ੀ, ਪਰ ਮੈਂ ਤੇ ਆਪਣੀ ਡਿਊਟੀ ਨਿਭਾਉਣੀ ਹੈ, ਬਸ ਆਹ ਗੱਲ ਹੈ। ਤਿਆਗ ਸਿਆਣਪ ਚਤਰੀ, ਸਾਰੇ ਬੋਲੋ ਤਿਆਗ ਸਿਆਣਪ ਚਤਰੀ। ਅੱਜ ਲੈਣਾ ਜੇ ਨਾ ਬੱਪੂ ਦੀਪ ਸਿੰਘ ਕੋਲੋਂ ਸਭ ਕੁਝ, ਆ ਸਿਆਣਪਾਂ ਦਾ ਤਿਆਗ ਕਰ ਦਈਏ, ਚਤਰਾਈਆਂ ਦਾ ਤਿਆਗ ਕਰ ਦਈਏ। ਸਿਆਣਪਾਂ ਦਾ ਤਿਆਗ ਕਰਕੇ ਦੱਸਿਆ ਮੈਂ ਕੁਝ ਵੀ ਨੀ, ਮੈਂ ਕੁਝ ਵੀ ਨੀ, ਮੈਂ ਕੁਝ ਵੀ ਨੀ, ਮੇਰੇ ਵਰਗਾ ਨਿਕੰਮਾ ਕੋਈ ਨੀ, ਮੇਰੇ ਵਰਗਾ ਉਗਣਿਆਰਾ ਕੋਈ ਨੀ, ਬਸ ਆਹ ਜਿਹੜਾ ਤੀਜਾ ਰਸਤਾ ਹੈ ਨਾ ਬਖਸ਼ਵਾਉਣ ਦਾ, ਆਹ ਪਕੜ ਲਓ, ਆਹ ਫੜ ਲਓ ਰਾਹ, ਮਹਾਰਾਜ ਮੈਨੂੰ ਮਾਫ਼ ਕਰ ਦਿਓ, ਮੈਨੂੰ ਮਾਫ਼ ਕਰ ਦਿਓ, ਅੱਗੇ ਤੋਂ ਗਲਤੀ ਨਾ ਕਰਾਂ, ਤੁਸੀਂ ਆਪ ਹੀ ਸਿਰ ਤੇ ਹੱਥ ਰੱਖ ਦਿਓ, ਮੈਨੂੰ ਮਾਫ਼ ਕਰ ਦਿਓ, ਮੇਰੇ ਗੁਨਾਹ ਬਖਸ਼ ਦਿਓ, ਮੈਂ ਖਿਣ ਖਿਣ ਭੁੱਲਣ ਹਾਰ ਆ, ਖਿਣ ਖਿਣ ਭੁੱਲਣ ਹਾਰ, ਹੋ ਸਕਦਾ ਫਿਰ ਕਲਯੁਗ ਦਾ ਕੋਈ ਚੌਂਕਾ ਆਵੇ, ਮੈਂ ਗਲਤੀਆਂ ਕਰਾਂ, ਪਰ ਮੈਨੂੰ ਹਰ ਗਲਤੀ ਤੋਂ ਆਪੇ ਬਚਾ ਲੈਣਾ, ਮੈਨੂੰ ਮਾਫ਼ ਕਰ ਦਿਓ, ਮੇਰੀਆਂ ਭੁੱਲਾਂ ਬਖਸ਼ ਦਿਓ। ਹਰ ਵੇਲੇ ਆਹੀ ਗੱਲ ਪੜਿਆ ਕਰੋ, ਮੈਂ ਕਹਿੰਦਾ ਜਿਹਨੂੰ ਆਹ ਪੜ੍ਹਾਈ ਆ ਗਈ ਨਾ ਕਿ ਮੇਰੇ ਗੁਨਾਹ ਬਖਸ਼ ਦੇ, ਮੇਰੀਆਂ ਗਲਤੀਆਂ ਬਖਸ਼ ਦੇ, ਮੈਨੂੰ ਮਾਫ਼ ਕਰ ਦੇ, ਫਿਰ ਗੁਰੂ ਰਾਮਦਾਸ ਉਹਨੂੰ ਇਹੋ ਜਿਹਾ ਮਾਫ਼ ਕਰਦਾ, ਇਹੋ ਜਿਹੀ ਬਖਸ਼ਿਸ਼ ਉਹਦੇ ਉੱਤੇ ਵਰਤਾ ਦਿੰਦਾ, ਇਹੋ ਜਿਹੀ ਬਖਸ਼ਿਸ਼ ਵਰਤਾ ਦਿੰਦਾ ਕਿ ਉਹ ਪਿਆਰਾ ਜੇ ਕਿਸੇ ਵੱਲ ਅੱਖ ਭਰ ਕੇ ਵੀ ਤੱਕ ਲੈਂਦਾ ਨਾ ਗੁਰੂ ਰਾਮਦਾਸ ਨੂੰ, ਉਹਦੇ ਵੀ ਮਾੜੇ ਕਰਮਾਂ ਦੇ ਚਿੱਠੇ ਪਾੜਨੇ ਪੈ ਜਾਂਦੇ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ, ਦੀਪ ਸਿਰ ਰੱਖੋ, ਧੰਨ ਬਾਬਾ, ਦੀਪ ਸਿਰ ਰੱਖੋ, ਧੰਨ ਬਾਬਾ, ਦੀਪ ਸਿਰ। ਅੱਗੇ ਕੀ ਕਹਿ ਰਹੇ ਪੜਿਓ ਜੀ, ਪਰਤਾ ਕਹੇ ਸੋ ਮੰਨੀਏ, ਇਹੋ ਸਿਗਾਰ ਬਣਾਏ
ਉਹ ਜੀਵ ਰੂਪ ਇਸਤਰੀ। ਹੁਣ ਇਸਤਰੀਆਂ ਆਪਣੇ ਪਤੀ ਨੂੰ ਰਝਾਉਣ ਵਾਸਤੇ ਕਿੰਨੇ ਹਾਰ ਸ਼ਿੰਗਾਰ ਕਰਦੀਆਂ ਕਿ ਮੈਂ ਪਤੀ ਨੂੰ ਚੰਗੀ ਲੱਗਾ। ਕਹਿੰਦੇ ਜੇ ਤੂੰ ਵੀ ਉਸ ਪਤੀ ਪਰਮੇਸ਼ਰ ਨੂੰ ਆਪਣੇ ਆਪ ਨੂੰ ਸ਼ਿੰਗਾਰਨਾ ਨਾ ਇਹੋ ਜਿਹੇ ਢੰਗ ਨਾਲ ਸ਼ਿੰਗਾਰੀ ਕਿ ਤੂੰ ਪਸੰਦ ਆ ਜਾਏ, ਪਸੰਦ ਆ ਜਾਏ। ਸ਼ਿੰਗਾਰ ਕਰਨਾ ਹੀ ਨਾ, ਕਰ ਲੈ ਸ਼ਿੰਗਾਰ ਉਸ ਪਤੀ ਪਰਮੇਸ਼ਰ ਨੂੰ ਰਝਾਉਣ ਵਾਸਤੇ ਸ਼ਿੰਗਾਰ ਕਰ। ਪਰ ਕਿਹੜਾ ਸ਼ਿੰਗਾਰ ਕਰ? ਭਰਤਾ ਕਹੇ ਸੋ ਮੰਨੀਐ, ਜੋ ਉਹ ਕਹੀ ਜਾਂਦਾ ਤੂੰ ਮੰਨੀ ਜਾ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੇ ਕਹਿਤਾ ਬਹਿ ਜਾ, ਤੇ ਜਦ ਤੱਕ ਅਗਲਾ ਇਸ਼ਾਰਾ ਨਾ ਹੋਵੇ ਉੱਠਣ ਦਾ ਉਦੋਂ ਤੱਕ ਉੱਠਣਾ ਨਹੀਂ, ਬੈਠਾ ਹੀ ਰਹਿ। ਭਰਤਾ ਕਹੇ ਸੋ ਮੰਨੀਐ, ਜੋ ਉਹਨੇ ਕਹੀ ਜਾਣਾ ਹੁਕਮ ਲਾਈ ਜਾਣਾ ਉਸ ਵੇਲੇ ਹੱਥ ਜੋੜ ਜੋੜ ਕੇ ਕਹੀ ਜਾਣਾ ਜੀ ਸਤ ਬਚਨ ਜੀ, ਸਤ ਬਚਨ ਜੀ, ਸਤ ਬਚਨ ਜੀ, ਸਤ ਬਚਨ ਜੀ। ਭਰਤਾ ਕਹੇ ਸੋ ਮੰਨੀਐ, ਇਹੋ ਸਿੰਗਾਰ ਬਣਾਏ ਰੀ। ਤੇ ਅੱਗੇ ਕਹਿੰਦੇ ਦੂਜਾ ਭਾਉ ਵਿਸਾਰੀਐ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਪਣੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਮਹਾਂਪੁਰਖਾਂ ਤੋਂ ਇਲਾਵਾ ਦੂਜੀ ਕੋਈ ਟੇਕ ਰੱਖਣੀ ਨੀ, ਦੂਜਿਆਂ ਦਾ ਆਸਰਾ ਤੱਕਣਾ ਹੀ ਕੋਈ ਨੀ। ਦੂਜਾ ਭਾਉ ਵਿਸਾਰੀਐ, ਇਹੋ ਤੰਬੋਲਾ ਖਾਏ ਰੀ। ਤੰਬੋਲਾ ਕੀ? ਉੱਤਰੀ ਭਾਰਤ ਵਿੱਚ ਪਹਿਲੇ ਕਈ ਥਾਵਾਂ ਤੇ ਰਿਵਾਜ ਹੁੰਦਾ ਸੀ, ਜਦੋਂ ਨਵੀਂ ਵਿਆਹੀ ਦੁਲਹਨ ਨੇ ਆਉਣਾ ਨਾ ਘਰ, ਤੇ ਉਹਨੇ ਪਾਨ ਖਾਣਾ, ਪਾਨ ਪਾਨ ਦੇ ਨਾਲ ਖੁਸ਼ਬੋ ਵਾਲਾ ਪਾਨ, ਉਹ ਪਾਨ ਖਾਣਾ ਉਹਦੇ ਨਾਲ ਜਿਹੜੇ ਸਾਵਾਂ ਦੇ ਵਿੱਚੋਂ ਮਹਿਕ ਵੀ ਆਵੇ ਤੇ ਦੰਦ ਵੀ ਚਮਕਣ, ਇਹ ਸ਼ਿੰਗਾਰ ਕਰਦੀਆਂ ਸੀ ਬੀਬੀਆਂ, ਇਹ ਤੰਬੋਲਾ ਖਾਂਦੀਆਂ ਸੀ ਕਿ ਸਾਵਾਂ ਦੇ ਵਿੱਚੋਂ ਮਹਿਕ ਆਵੇ, ਪਤੀ ਦੇ ਕੋਲ ਜਾਣਾ ਸਾਵਾਂ ਵਿੱਚੋਂ ਮਹਿਕ ਆਵੇ ਸੁਣਿਓ, ਤੇ ਨਾਲ ਜਿਹੜੇ ਦੰਦ ਨੇ ਦੰਦ ਵੀ ਚਮਕਣ, ਇਹ ਤੰਬੋਲਾ ਖਾਂਦੀਆਂ ਸੀ। ਮਹਾਰਾਜ ਕਹਿੰਦੇ ਤੂੰ ਵੀ ਤੰਬੋਲਾ ਖਾ ਲੈ। ਮਹਾਰਾਜ ਜੀ ਕਿਹੜਾ ਤੰਬੋਲਾ ਖਾਵਾਂ, ਮੈਂ ਕੀ ਖਾਵਾਂ? ਇੱਕ ਪਾਸੇ ਤੁਸੀਂ ਕਹਿੰਦੇ ਪਾਨ ਸੁਪਾਰੀ ਖਾਧੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪੱਕੜ ਚੜਾਈਆਂ, ਇੱਕ ਪਾਸੇ ਕਹਿੰਦੇ ਤੰਬੋਲਾ ਖਾ, ਕਹਿੰਦੇ ਹਾਂ ਤੰਬੋਲਾ ਖਾ ਲੈ। ਮਹਾਰਾਜ ਕਿਹੜਾ? ਕਹਿੰਦੇ ਦੂਜਾ ਭਾਉ ਵਿਸਾਰੀ ਹੈ, ਆਪਣੇ ਪਤੀ ਤੋਂ ਬਿਨਾਂ ਦੂਜੇ ਵੱਲ ਵੇਖਣਾ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਬਾਬਾ ਦੀਪ ਸਿੰਘ। ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ। ਦੂਜਾ ਭਾਉ ਵਿਸਾਰੀਐ, ਹਾਂਜੀ, ਕਿਤੇ ਦੂਜੇ ਪਾਸੇ ਨਹੀਂ ਜਾਣਾ, ਕੋਈ ਕਬਰਾਂ ਤੇ ਨਹੀਂ ਜਾਣਾ, ਮੜੀਆਂ ਵਸਾਣੀਆਂ ਤੇ ਨਹੀਂ ਜਾਣਾ, ਕੋਈ ਧਾਗੇ ਤਵੀਤ ਨਹੀਂ ਪਾਉਣੇ, ਨਗਾਂ ਦੀਆਂ ਮੁੰਦਰੀਆਂ ਨਹੀਂ ਪਾਉਣੀਆਂ, ਅਸੀਂ ਕੋਈ ਹੋਰ ਪੀਰ ਫਕੀਰ ਨਹੀਂ ਬਣਾਉਣੇ। ਦੂਜਾ ਭਾਉ ਵਿਸਾਰੀਐ, ਇਹੋ ਤੰਬੋਲਾ ਖਾਏ ਨੀ, ਆਖਾ ਤੰਬੋਲਾ। ਬਸ ਹਰ ਵੇਲੇ ਓਟ ਆਸਰਾ ਰੱਖ ਗੁਰੂ ਰਾਮਦਾਸ ਦੇ ਉੱਤੇ, ਬਾਬਾ ਦੀਪ ਸਿੰਘ ਦੇ ਉੱਤੇ, ਜਿਨ੍ਹਾਂ ਨੇ ਹੁਣ ਤੱਕ ਝੋਲੀਆਂ ਭਰੀਆਂ, ਜਿਨ੍ਹਾਂ ਨੇ ਗਾਂ ਵੀ ਭਰਨੀਆਂ ਨੇ, ਉਹਨਾਂ ਦੇ ਉੱਤੇ ਆਸ ਰੱਖ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰ, ਦੂਜਾ ਭਾਉ ਵਿਸਾਰੀਐ, ਹਾਂਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਅੱਗੇ ਕੀ ਕਹਿ ਰਹੇ ਸੁਣਿਓ, ਆ ਢੰਗ ਦੱਸ ਰਹੇ ਨੇ, ਮਿਲਾਪ ਦੇ ਸੌਖੇ ਢੰਗ ਨੇ, ਸੌਖੇ ਢੰਗ, ਇਹ ਢੰਗ ਅਪਣਾ ਲਓ ਅੱਜ ਤੋਂ ਹੀ, ਸੌਖ ਮਨ ਕਲਪੇਗਾ ਹੀ ਨਹੀਂ, ਹਰ ਵੇਲੇ ਖੇੜੇ ਚ, ਹਰ ਵੇਲੇ ਨੰਦ ਚ ਰਹੇਗਾ, ਹਰ ਵੇਲੇ ਸ਼ੁਕਰਾਨਿਆਂ ਚ ਭਿਜਿਆ ਰਹੇਗਾ। ਆ ਗੱਲਾਂ ਮੰਨੀਏ ਤਾਂ ਸਹੀ, ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ, ਰੌਲਾ ਪਾਤਾ, ਰੌਲਾ ਪਾਤਾ, ਮੈਂ ਮਨਾਇਆ, ਮੈਂ ਮਨਾਇਆ, ਮੈਂ ਮਨਾਇਆ ਪ੍ਰਕਾਸ਼ ਪੁਰਬ। ਨਹੀਂ ਭਾਈ, ਗੱਲਾਂ ਬਾਤਾਂ ਨਾਲ ਨਾ ਮਨਾ, ਇੱਕ ਪੰਕਤੀ ਮੰਨ ਲੈ, ਇੱਕ ਗੱਲ ਮੰਨ ਲੈ ਆਪਣੇ ਖਸਮ ਦੀ,
ਇੱਕ ਗੱਲ ਮੰਨੋ ਜੋ ਉਹ ਕਹਿੰਦਾ ਉਹਦੇ ਹੁਕਮ ਮੁਤਾਬਕ ਇੱਕ ਗੱਲ ਮੰਨ ਕੇ ਚੱਲ ਕੇ ਤੇ ਵੇਖ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਅਗਲੀ ਗੱਲ ਕੀ ਕਹਿ ਰਹੇ, ਮੈਂ ਕਹਿੰਦਾ ਮਹਾਰਾਜ ਨੇ ਕਿੱਦਾਂ ਗੱਲਾਂ ਕਰ ਕਰਕੇ ਦੁਨਿਆਵੀ ਮਿਸਾਲਾਂ ਦੇ ਕੇ ਸਾਨੂੰ ਸਮਝਾਇਆ, ਕਿਉਂਕਿ ਖੋਟੀ ਮਤ ਹੈ ਨਾ, ਖੋਟੀ ਮਤ ਉਹ ਤਾਂ ਸਮਝਦੀ ਕੋਈ ਨਹੀਂ। ਮਹਾਰਾਜ ਦੁਨਿਆਵੀ ਮਿਸਾਲਾਂ ਦੇ ਕੇ ਸਮਝਾਉਂਦੇ, ਸੁਧਰ ਜਾ ਸੁਧਰ ਜਾ, ਬੰਦਾ ਬਣ ਜਾ ਬੰਦਾ ਬਣ ਜਾ। ਅਗਲੀਆਂ ਪੰਕਤੀਆਂ ਚ ਕੀ ਕਹਿ ਰਹੇ ਪੜਿਓ ਜੀ ਪਿਆਰ ਨਾਲ। ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸੱਚ ਕੀ ਸੇਜ ਬਸ਼ਾਇਰੀ। ਹੁਣ ਸੇਜ ਜਿਹੜੀ ਕਾਹਦੀ ਵਿਛਾਉਣੀ, ਸੇਜ ਬੈੱਡ ਕਾਹਦਾ ਲਾਉਣਾ, ਪਲੰਗ ਕਾਹਦਾ ਲਾਉਣਾ। ਕਹਿੰਦੇ ਗੁਰ ਕਾ ਸ਼ਬਦ ਕਰ ਦੀਪ ਕੋ, ਗੁਰੂ ਦੇ ਸ਼ਬਦ ਦਾ ਆਪਣੇ ਹਿਰਦੇ ਦੇ ਵਿੱਚ ਦੀਵਾ ਬਾਲ ਲੈ, ਦੀਵਾ ਗੁਰੂ ਦੇ ਸ਼ਬਦ ਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆ ਸ਼ਬਦ ਦਾ ਦੀਵਾ ਬਾਲੋ, ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਦੀਵਾ ਅੰਦਰ ਬਾਲੋ, ਮੂਲ ਮੰਤਰ ਦਾ ਦੀਵਾ ਬਾਲੋ, ਗੁਰ ਮੰਤਰ ਦਾ ਦੀਵਾ ਬਾਲੋ। ਕਹਿੰਦੇ ਆਪਣੇ ਅੰਦਰ ਗੁਰੂ ਦੇ ਸ਼ਬਦ ਦਾ ਦੀਵਾ ਬਣਾ, ਦੀਵਾ ਬਣਾ, ਉਹ ਦੀਵੇ ਦਾ ਸਦਕਾ ਤੇਰੇ ਅੰਦਰ ਹਰ ਵੇਲੇ ਆਤਮਕ ਤੌਰ ਤੇ ਚਾਨਣਾ ਰਹੇਗਾ, ਤੇ ਇਹ ਆਤਮਕ ਜੀਵਨ ਦੀ ਆਪਣੇ ਹਿਰਦੇ ਵਿੱਚ ਪੱਕੀ ਸੇਜ ਵਿਛਾ ਲੈ। ਇਹ ਨਹੀਂ ਕਿ ਸੇਜ ਬਸ ਥੋੜੇ ਦਿਨਾਂ ਲਈ ਲੱਗੀ, ਅੱਜ ਬੈੱਡ ਲੱਗਿਆ, ਤੂੰ ਰਾਤੀ ਸੁੱਤਾ ਸਵੇਰੇ ਉੱਠ ਗਿਆ, ਤੂੰ ਕੰਮ ਕਾਰ ਕਰ ਰਿਹਾ, ਅੰਦਰ ਉਹ ਸੇਜ ਵਿਛੀ ਹੋਈ ਹੈ, ਉਹ ਸੇਜ ਵਿਛੀ ਹੈ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਿਹਾ। ਉਹ ਗੁਰੂ ਦੇ ਸ਼ਬਦ ਦੁਆਰਾ ਤੇਰੇ ਅੰਦਰ ਆਤਮਕ ਚਾਨਣ ਹੋਇਆ ਪਿਆ, ਉਹ ਸੇਜ ਵਿਸ਼ੀ ਹੋਈ ਹਰ ਵੇਲੇ ਪੱਕੀ ਨਾ। ਗੁਰ ਕਾ ਸ਼ਬਦ ਕਰ ਦੀਪਕੋ ਇਹ ਸੱਤ ਕੀ ਸੇਜ ਬਿਛਾਏਰੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਕਹਿੰਦੇ ਹੋਰ ਸੌਖਾ ਕਰਕੇ ਦੱਸਾਂ ਕਿਵੇਂ ਮਿਲਣਾ ਹੈ, ਜੋੜੋ ਹੱਥ ਮਹਾਰਾਜ ਅੱਗੇ ਜੋੜੋ ਹੱਥ। ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਰੇ ਆਖੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਫਿਰ ਆਖੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਹਾਰਾਜ ਕਹਿੰਦੇ ਹੋਰ ਸੌਖਾ ਕਰਕੇ ਦੱਸਾਂ ਕਿਵੇਂ ਮਿਲਣਾ ਹੈ। ਮਹਾਰਾਜ ਦੱਸੋ ਤਾਂ ਸਹੀ, ਮੈਂ ਮਿਲਣਾ ਚਾਹੁੰਦਾ, ਮੈਂ ਤਾਂ ਰਸਤੇ ਤੇ ਬੈਠਾ, ਰਾਹ 'ਚ ਬੈਠਾ, ਢੰਗ ਦੱਸੋ। ਕਹਿੰਦੇ ਆਠ ਪਹਿਰ ਕਰ ਜੋੜ ਰਹੋ ਤਾਉ ਭੇਟੈ ਹਰ ਰਾਏਰੀ। ਕਹਿੰਦੇ ਹਰ ਵੇਲੇ ਹੱਥ ਜੋੜ ਕੇ ਨਿਮਾਣਾ ਬਣ ਕੇ ਬਹਿ ਜਾ, ਉਹ ਨਦਰ ਪਾਉਣ ਵਾਲੇ ਆ, ਨਦਰ ਪਾ ਦੇ ਮੇਰੇ ਉੱਤੇ। ਹੁਣ ਤੇ ਨਦਰ ਪਾਉਣ ਵਾਲੇ ਦੀ ਮਰਜ਼ੀ ਹੈ ਨਾ, ਤੇਰੇ ਔਗਣ ਤੇ ਪਾਉਣੀ ਕਿ ਤੇਰੇ ਗੁਣ ਦੇ ਉੱਤੇ ਪਾਉਣੀ। ਸੱਜਣ ਠੱਗ ਨੂੰ ਪਤਾ ਹੀ ਕੋਈ ਨਹੀਂ ਸੀ ਮੇਰੇ ਉੱਤੇ ਨਦਰ ਪਾਉਣ ਵਾਲੇ ਨੇ ਆਪੇ ਬੂਹਾ ਖੜਕਾ ਦੇਣਾ। ਕਣਕਾਂ ਪਾਪਾ ਨੂੰ ਪਤਾ ਹੀ ਕੋਈ ਨਹੀਂ ਸੀ ਮੇਰੇ ਘਰ ਦੇ ਵਿੱਚ ਉਹਨਾਂ ਨੇ ਆ ਕੇ ਬੂਹਾ ਖੜਕਾਉਣਾ, ਜਿਨ੍ਹਾਂ ਨੇ ਪਰਮੇਸ਼ਰ ਦੀ ਨਦਰ ਦਾ ਪਾਤਰ ਮੈਨੂੰ ਬਣਾ ਦੇਣਾ, ਉਹਨੂੰ ਥੋੜੀ ਪਤਾ ਸੀ। ਇਹ ਤੇ ਹੁਣ ਨਦਰ ਪਾਉਣ ਵਾਲਾ ਜਾਣੇ, ਉਹ ਖਸਮ ਜਾਣੇ, ਜਿੰਨੇ ਖਸਮ ਨੇ ਸਾਨੂੰ ਕਬੂਲ ਕਰਨਾ, ਉਹ ਕਣਿਆਰਿਆਂ ਨੂੰ ਕਰਨਾ ਕਿ ਗੁਣਵਾਨ ਬਣਾ ਕੇ ਕਰਨਾ, ਡੋਰੀ ਤੇ ਉਹਦੇ ਹੱਥ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ। ਉਹਨੇ ਨਦਰ ਪਾਉਣੀ ਮੇਰੇ ਕੀਰਤਨ ਤੇ ਪਾਉਣੀ, ਮੇਰੀ ਕਥਾ ਤੇ ਪਾਉਣੀ, ਗੁਰੂ ਰਾਮਦਾਸ ਕਹਿਣ ਤੇ ਪਾਉਣੀ, ਬਾਬਾ ਦੀਪ ਸਿੰਘ ਕਹਿਣ ਤੇ ਪਾਉਣੀ ਹੈ, ਕਿ ਮੈਂ ਬਾਹਰ ਬਹਿ ਕੇ ਜੋੜੇ ਝਾੜਾਂ ਉਦੋਂ ਪਾਉਣੀ ਹੈ, ਕਿ ਮੈਂ ਸੰਗਤਾਂ ਦੇ ਪਾਣੀ ਢੋਵਾਂ ਉਦੋਂ ਪਾਉਣੀ ਹੈ, ਮੈਂ ਸੰਗਤ ਲਈ ਜੋੜੇ ਸੰਗਤ ਲਈ ਵਿਛਾਈ ਕਰ ਰਿਹਾ, ਸੰਗਤ ਦੇ ਜੋੜੇ ਝਾੜ ਰਿਹਾ, ਕੀ ਪਤਾ ਉਦੋਂ ਪਾਉਣੀ। ਇਹ ਤੇ ਨਦਰ ਪਾਉਣ ਵਾਲਾ ਜਾਣੇ ਨਾ, ਤੂੰ ਨਿਮਰਤਾ ਨਾਲ ਹੱਥ ਜੋੜ ਕੇ ਹਰ ਵੇਲੇ ਉਹਦੇ ਪਿਆਰ ਵਿੱਚ ਭਿੱਜਾ ਰਹੋ। ਹੱਥ ਜੋੜ ਕੇ ਮਤਲਬ ਇਹ ਨਹੀਂ ਕਿ ਹਰ ਵੇਲੇ ਕੰਮ ਕਰਨ ਨੂੰ ਛੱਡ ਦਿਓ ਤੇ ਹੱਥ ਜੋੜ ਕੇ ਬੈਠੇ ਰਹਿਣ, ਅੰਦਰੋਂ ਚੁੱਕ ਕੇ ਹਰ ਵੇਲੇ ਅਰਦਾਸਾਂ ਹੀ ਕੰਮ ਕਰਦਾ, ਅਰਦਾਸਾਂ ਹੀ ਨਿਕਲਣ। ਉਹ ਨਦਰ ਪਾਉਣ ਵਾਲਿਆਂ ਨਦਰ ਕਰਦੇ
ਕਰਦੇ ਨਜ਼ਰ ਔਗਣਾ ਤੇ ਕਰਦੇ ਗੁਣਾ ਤੇ ਕਰਦੇ ਕਥਾ ਤੇ ਕਰਦੇ ਕੀਰਤਨ ਤੇ ਕਰਦੇ ਜੋੜੇ ਝਾੜਾਂ ਤੇ ਕਰਦੇ ਪਾਣੀ ਵਰਤਾਉਣ ਤੇ ਕਰਦੇ ਲੰਗਰ ਬਣਾਉਣ ਤੇ ਕਰਦੇ ਲੰਗਰ ਵਰਤਾਉਣ ਤੇ ਕਰਦੇ ਜਿਵੇਂ ਮਰਜ਼ੀ ਕਰਦੇ ਆਖੋ ਧੰਨ ਗੁਰੂ ਰਾਮਦਾਸ ਜੀ ਤੂੰ ਅੰਦਰੋਂ ਨਿਮਾਉਣਾ ਬਣ ਕੇ ਹਰ ਵੇਲੇ ਝੁਕਿਆ ਰਹੋ ਆਠ ਪਹਿਰ ਕਰ ਜੋੜ ਰਹੋ ਕਹਿੰਦੇ ਜਦੋਂ ਅੱਠੇ ਪੈਰ 24 ਘੰਟੇ ਨਿਮਾਣਾ ਬਣ ਕੇ ਰਹੇਗਾ ਨਾ ਤਾਉ ਭੇਟੈ ਹਰ ਰਾਏ ਰੀ ਉਦੋਂ ਤੈਨੂੰ ਮਿਲਣਾ ਹੀ ਉਦੋਂ ਅੰਦਰੋਂ ਹੀ ਪ੍ਰਗਟ ਹੋ ਜਾਣਾ ਹੀ ਤੇਰੇ ਅੰਦਰੋਂ ਹੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਰੱਖੋ ਨੇ ਜੀ ਧੰਨ ਬਾਬਾ ਅਗਲੀਆਂ ਪੰਕਤੀਆਂ ਅਖੀਰਲੀਆਂ ਪੰਕਤੀਆਂ ਚ ਕੀ ਕਹਿ ਰਹੇ ਪੜੇ ਬੜੇ ਪਿਆਰ ਤਿਸ ਹੀ ਜੱਜ ਸਿਗਾਰ ਸਭ ਸਾਈ ਰੂਪ ਅਪਾਰ ਰੀ ਕਹਿੰਦੇ ਉਹ ਹੀ ਸੋਹਣੀ ਜਿੰਦ ਉਹ ਹੀ ਜੀਵ ਰੂਪ ਇਸਤਰੀ ਸੁਚੱਜੀ ਮੰਨੀ ਜਾਂਦੀ ਹੈ ਉਹਦਾ ਹੀ ਸ਼ਿੰਗਾਰ ਪ੍ਰਵਾਨ ਹੁੰਦਾ ਕਿਹਦਾ ਜਿਹੜੀ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਹਰ ਵੇਲੇ ਲੀਨ ਰਹਿੰਦੀ ਕੰਮ ਕਾਰ ਕਰਦਿਆਂ ਵੀ ਜਪਦੀ ਹੈ ਵਾਹਿਗੁਰੂ 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 ਆਉਂਦਿਆਂ ਜਾਂਦਿਆਂ ਵੀ ਜਪਦੀ ਹੈ ਵਾਹਿਗੁਰੂ 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 ਆਉਂਦਿਆਂ ਜਾਂਦਿਆਂ ਵੀ ਜਪਦੀ ਹੈ ਵਾਹਿਗੁਰੂ 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 ਤਿਸ ਹੀ ਚੱਜ ਸਿੰਗਾਰ ਸਭ ਸਾਈ ਰੂਪ ਅਪਾਰ ਰੀ ਤੇ ਕਹਿੰਦੇ ਸੁਹਾਗਣ ਪਤਾ ਕੌਣ ਹੈ ਕਹਿੰਦੇ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਦੀ ਜਿਹੜੀ ਉਹਨੂੰ ਭਾ ਗਈ ਜਿਹੜੀ ਉਹਦੇ ਵਿੱਚ ਲੀਨ ਜਿਹੜੀ ਉਹਨੂੰ ਭਾ ਗਈ ਹੁਣ ਭਾਏਗੀ ਉਹਨੂੰ ਉਹ ਹੀ ਜਿਹੜੀ ਉਹਦੇ ਹੁਕਮ 'ਚ ਚੱਲਣ ਦਾ ਯਤਨ ਕਰੇਗੀ ਤੇ ਜਾਂ ਜਿਹਦੇ ਉੱਤੇ ਉਹ ਨਦਰ ਦਾ ਖਾਤਾ ਖੋਲ ਦੇਵੇ ਉਹ ਚੰਗੀ ਲੱਗੇਗੀ ਬਸ ਤੂੰ ਬੇਨਤੀਆਂ ਕਰਦਾ ਰਹੋ ਤੂੰ ਜੋਤੜੀਆਂ ਕਰਦਾ ਰਹੋ ਤੂੰ ਮਹਾਂਪੁਰਖਾਂ ਦੀ ਦਾਸੀ ਬਣੀ ਰਹਿ ਸੰਤਾਂ ਕੀ ਹੋਏ ਸਾਰੇ ਬੋਲੋ ਸੰਤਾਂ ਕੀ ਹੋਏ ਫਿਰ ਬੋਲੋ ਸੰਤਾਂ ਕੀ ਹੋਏ ਪੜਿਓ ਪਿਆਰ ਨਾਲ ਇਸ ਤੋਂ ਬਾਅਦ ਇੱਕ ਸ਼ਬਦ ਮੈਂ ਹੋਰ ਪੜ੍ਹਨਾ ਕੁਛ ਨਾ ਚੜ੍ਹਦੀ ਕਲਾ ਚ ਜੇ ਕੋਈ ਵੈਸੇ ਤੇ ਮੈਨੂੰ ਪਤਾ ਕੋਈ ਸੌਣ ਵਾਲਾ ਤੇ ਬੈਠਾ ਹੀ ਨਹੀਂ ਇੱਥੇ ਜੇ ਕੋਈ ਆ ਸਾਈਡਾਂ ਤੇ ਵੀ ਕੋਈ ਨਵੇਂ ਨੂੰ ਪਿਆ ਹੋਵੇ ਉਠਾ ਦਿਓ ਆ ਬਖਸ਼ਿਸ਼ਾਂ ਲੈਣ ਦਾ ਵੇਲਾ ਇਹ ਨਾ ਹੋਵੇ ਗੁਰੂ ਰਾਮ ਦਾ ਸਾਡੇ ਵੱਲ ਤੱਕਦੇ ਹੁਣ ਤੇ ਅਸੀਂ ਅੱਖਾਂ ਬੰਦ ਕਰਕੇ ਸੁੱਤੇ ਹੋਈਏ ਮਹਾਰਾਜ ਕਹਿਣ ਮੈਂ ਝੋਲੀਆਂ ਭਰਨ ਲਈ ਆਇਆ ਸਾਂ ਤੇਰੇ ਕੋਲ ਸੁੱਤਾ ਤੇ ਤੂੰ ਹੀ ਪਿਆ ਸੀ ਉਹ ਹਿਸਾਬ ਨਾ ਬਣ ਜੇ ਆਓ ਇੱਕ ਵਾਰੀ ਪੜਿਓ ਪਿਆਰ ਨਾਲ ਕਹਿੰਦੇ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਦੀ ਹੁਣ ਉਹਨੂੰ ਕਿਹੜੀ ਪਾਉਂਦੀ ਹੈ ਤੇ ਉਹ ਹੀ ਜਾਣੇ ਪਸੰਦ ਕਰਨ ਵਾਲਾ ਜਾਣੇ ਉਹਨੂੰ ਕਿਹੜੀ ਚੰਗੀ ਲੱਗਣੀ ਹੈ ਨੁੱਕਰ ਤੇ ਬੈਠੀ ਚੰਗੀ ਲੱਗਣੀ ਸਰੋਵਰ ਦੇ ਕੰਢੇ ਕੋਈ ਬੈਠੀ ਹੈ ਜੀਵ ਰੂਪ ਇਸਤਰੀ ਅਸੀਂ ਸਾਰੇ ਉਹਦੇ ਜੀਵ ਰੂਪ ਇਸਤਰੀਆਂ ਵਾ ਹੁਣ ਕਿਹੜੀ ਉਹਨੂੰ ਸੁਹਾਗਣ ਚੰਗੀ ਲੱਗਣੀ ਹੈ ਤੇ ਉਹ ਹੀ ਜਾਣਦਾ ਹੈ ਸੰਗਤ ਚ ਇੱਥੇ ਬਹਿ ਕੇ ਉਹਨੇ ਸਾਡੇ ਵੱਲ ਵੇਖ ਲੈਣਾ ਕਿ ਜਿਹੜਾ ਕੋਈ ਨੁੱਕਰ ਤੇ ਬੈਠਾ ਉਹਦੇ ਵੱਲ ਵੇਖਣਾ ਪਹਿਲੇ ਤੇ ਵੇਖਣ ਵਾਲਾ ਜਾਣਾ ਆਖੋ ਧੰਨ ਗੁਰੂ ਰਾਮਦਾਸ ਜੀ ਪਰ ਅਸੀਂ ਅਰਜ਼ੀਆਂ ਲਾਉਣੀਆਂ ਨਹੀਂ ਛੱਡਣੀਆਂ ਅਸੀਂ ਆਪਣੀਆਂ ਐਪਲੀਕੇਸ਼ਨਾਂ ਲਾਉਣੀਆਂ ਨਹੀਂ ਛੱਡਣੀਆਂ
ਅਸੀਂ ਤੇ ਹਰ ਵੇਲੇ ਆਠ ਪਹਿਰ ਕਰ ਜੋੜ ਰਹਾਂ। ਅਸੀਂ ਤੇ ਹਰ ਵੇਲੇ ਕਹਿਣਾ ਦਾਤਿਆ ਕਬੂਲ ਕਰ ਲੈ, ਮੈਨੂੰ ਕਬੂਲ ਕਰ ਲੈ, ਮੈਂ ਚੰਗਾ ਮੰਦਾ ਬੁਰਾ ਭੜਾ ਕਾਮੀ ਵਿਕਾਰੀ ਲੋਭੀ ਜਿਹੋ ਜਿਹਾ ਮੈਨੂੰ ਕਬੂਲ ਕਰ ਲੈ, ਕਬੂਲ ਮੈਨੂੰ ਕਬੂਲ ਲੈ, ਮੈਨੂੰ ਕਬੂਲ ਲੈ। ਬਸ ਅਰਦਾਸਾਂ ਕਰਨੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਮਿਲਣਾ ਚਾਹੁੰਦਾ, ਮੇਰਾ ਪ੍ਰਕਾਸ਼ ਪੁਰਬ ਮਨਾਉਣਾ ਹੈ, ਤੇ ਆਹ ਕੰਮ ਕਰ ਕਿਹੜਾ। ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ। ਇਹੋ ਅਚਾਰਾ ਸਿੱਖ ਦੀ, ਇਹੋ ਅਚਾਰਾ ਸਿੱਖ ਦੀ, ਸੰਤਾਂ ਕੀ ਸਭ ਤਿਸ ਹੀ ਚੱਜ ਸਿੰਗਾਰ ਸਭ, ਸਾਈ ਰੂਪ ਅਪਾਰ ਰੀ, ਸਾਈ ਰੂਪ ਅਪਾਰ ਰੀ, ਸਾਈ ਰੂਪ ਅਪਾਰ ਰੀ, ਸਾਈ ਰੂਪ ਅਪਾਰ। ਸੁਹਾਗਣ ਨਾਨਕਾ, ਸਾਈ ਸੁਹਾਗਣ ਨਾਨਕਾ, ਜੋ ਪਾਣੀ ਕਰਤਾਰ ਰੀ, ਜੋ ਪਾਣੀ ਕਰਤਾਰ ਰੀ, ਜੋ ਪਾਣੀ ਕਰਤਾਰ ਰੀ, ਜੋ ਪਾਣੀ ਕਰਤਾਰੀ, ਜੋ ਪਾਣੀ ਕਰਤਾਰ ਦੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸ। ਸਤਿ ਸ੍ਰੀ ਅਕਾਲ।
ਸ਼ੁਕਰਾਨੇ। ਆਓ ਇੱਕ ਸ਼ਬਦ ਜਿਨ੍ਹਾਂ ਦਾ ਅਸੀਂ ਰੋਜ਼ ਨਾਮ ਲੈਂਦੇ ਗੁਰੂ ਰਾਮਦਾਸ ਜੀ ਦਾ, ਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਕੀ ਕਹਿ ਰਹੇ ਨੇ ਸਾਨੂੰ ਕਿ ਗੁਰਸਿੱਖਾਂ ਦੀ ਨਿੰਦਿਆ ਕਰ, ਗੁਰਸਿੱਖਾਂ ਦੇ ਨਾਲ ਮੱਥੇ ਵੱਟ ਪਾ ਕੇ ਮਿਲ ਕੇ ਗੁਰਸਿੱਖਾਂ ਦਾ ਸਤਿਕਾਰ ਕਰ। ਗੁਰੂ ਰਾਮਦਾਸ ਜੀ ਬੜੇ ਪਿਆਰ 'ਚ ਆਪਣੀ ਮੁਬਾਰਕ ਰਸਨਾ ਤੋਂ ਬਚਣ ਦੇ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੇ 494 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ, ਹਮ ਹੋਵੇਂ ਲਾਲੇ ਗੋਲੇ ਗੁਰਸਿੱਖਾਂ ਕੇ। ਉਹ ਲਾਲਾ ਬਣ ਜਾ, ਗੋਲਾ ਬਣ ਜਾ ਗੁਰਸਿੱਖਾਂ ਦਾ, ਖੋ ਧੰਨ ਗੁਰੂ ਰਾਮਦਾਸ ਜੀ। ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਣ ਜਾ, ਕਿਵੇਂ ਕਹਿ ਰਹੇ ਪੜਿਓ ਸਾਰੀ ਸੰਗਤ। ਹਮ ਹੋਵੇਂ ਲਾਲੇ ਗੋਲੇ ਗੁਰਸਿੱਖਾਂ ਕੇ, ਹਮ ਹੋਵੇਂ ਲਾਲੇ ਗੋਲੇ ਗੁਰਸਿੱਖਾਂ ਕੇ, ਹਮ ਹੋਵੇਂ ਲਾਲੇ ਗੋਲੇ ਗੁਰਸਿੱਖਾਂ ਕੇ, ਹਮ ਹੋਵੇਂ ਲਾਲੇ ਗੋਲੇ ਗੁਰਸਿੱਖਾਂ ਕੇ। ਬੋਲੋ ਹਮ ਹੋਵੇਂ ਲਾਲੇ ਸਿੰਘ ਜੀ।
ਮੇਰੇ ਮਨ ਤਨ ਪੀਰ ਹੋ ਗੁਰ ਸਿੱਖ ਪਗ ਲਾਇਆ ਗੁਰ ਸਿੱਖ ਪਗ ਖਾਇਆ ਹਮ ਹੋਵੇ ਲਾਲੇ ਗੋਲੇ ਹਮ ਹੋਵੇ ਲਾਲੇ
ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ
ਸ਼ੁਕਰਾਨੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੀਰਤਨ ਦੀ ਦਾਸ ਵੱਲੋਂ ਸਮਾਪਤੀ ਉੱਠਣਾ ਕਿਸੇ ਨੇ ਨਹੀਂ, 2:30 ਵਜੇ ਅਰਦਾਸ ਹੋਣੀ, ਪੂਰੀਆਂ ਖੁਸ਼ੀਆਂ ਆਪਾਂ ਲੈਣੀਆਂ, ਅਰਜ਼ੀਆਂ ਲਾਉਣੀਆਂ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਥੋੜ੍ਹਾ ਥੋੜ੍ਹਾ ਸਮਾਂ ਸਾਰੇ ਗੁਰੂ ਦੇ ਕੀਰਤਨੀਏ ਲਾਉਣਗੇ, ਸਤਿਗੁਰੂ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣ। ਤੁਹਾਡੇ ਪਿਆਰ ਵਿੱਚ 2:30-3 ਘੰਟੇ ਕਿਵੇਂ ਲੰਘੇ ਪਤਾ ਹੀ ਨਹੀਂ ਲੱਗਿਆ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲੱਗਦਾ ਜਿਵੇਂ 2 ਮਿੰਟ ਪਹਿਲੇ ਮੈਂ ਸ਼ੁਰੂ ਕੀਤਾ ਹੋਣਾ। ਤੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਬਾਬਾ ਆਨੰਦ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਕਿਰਪਾ ਕੀਤੀ ਪਠਾਨਕੋਟ। ਸ਼ੁਕਰਾਨਾ ਗੁਰੂ ਰਾਮਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਸਮੂਹ ਮਹਾਂਪੁਰਖਾਂ ਦਾ, ਭਾਈ ਸਾਹਿਬ ਜੀ ਦਾ, ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਬਹਿ ਕੇ ਅਸੀਸਾਂ ਦਿੱਤੀਆਂ, ਸਾਰੀ ਸੇਵਾ ਲਈ। ਅਰਦਾਸ ਕਰਿਓ ਮੇਰੀ ਨਿਭ ਜੇ ਪਿਆਰੇ ਨਾਲ ਸਾਰੀ ਜ਼ਿੰਦਗੀ, ਤੇ ਸਾਨੂੰ ਖੁਸ਼ੀਆਂ ਦੇਣਾ। ਅਜੇ ਵੀ ਮੈਂ ਵੇਖ ਰਿਹਾ ਮੱਥਾ ਟੇਕਣ ਵਾਲਿਆਂ ਦੀਆਂ ਵੱਡੀਆਂ ਲਾਈਨਾਂ ਲੱਗੀਆਂ ਪਈਆਂ। ਤੁਹਾਡੇ ਪਿਆਰ ਨੂੰ ਨਮਸਕਾਰ, ਜਿੱਥੋਂ ਜਿੱਥੋਂ ਤੁਸੀਂ ਚੱਲ ਕੇ ਆਏ, ਕਿਸੇ ਸ਼ਹਿਰ, ਪਿੰਡ, ਨਗਰ, ਦੇਸ਼ ਵਿਦੇਸ਼ ਦਾ ਮੈਂ ਨਾਮ ਨਹੀਂ ਲੈਣਾ, ਬਸ ਇਹੋ ਹੀ ਮੈਂ ਅਰਦਾਸ ਕਰਦਾ ਕਿ ਤੁਹਾਡੇ ਸਦਕਾ ਮੈਂ ਗਰੀਬ ਦੀ ਵੀ ਨਿਭ ਜੇ। ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਤੁਹਾਡੀਆਂ ਝੋਲੀਆਂ ਭਰਨ, ਇੱਕ ਇੱਕ ਦੀਆਂ ਝੋਲੀਆਂ ਭਰਨ, ਕੱਲੀਆਂ ਝੋਲੀਆਂ ਨਾ ਭਰਨ, ਤੁਹਾਨੂੰ ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਲੈਣ, ਇਹ ਮੇਰੀ ਅਰਦਾਸ। ਤੇ ਤੁਹਾਡੇ ਸਦਕਾ, ਤੇ ਤੁਹਾਡੇ ਸਦਕਾ ਮੇਰੇ ਗਰੀਬ ਦੇ ਉੱਤੇ ਵੀ ਕਿਰਪਾ ਵਰਤੇ, ਸਭ ਦਾ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਕੇ ਸਕਿੱਪ ਨਾ ਕਰਿਓ ਜੀ, ਬੜਾ ਜ਼ਰੂਰੀ ਸੁਣਿਆ, ਇਹਨੂੰ ਸੁਣਿਓ ਵੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਕਾਫੀ ਸਾਲਾਂ ਤੋਂ ਚੱਲ ਰਿਹਾ, ਇਸ ਟਰੱਸਟ ਦੇ ਅਧੀਨ ਤੁਸੀਂ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਦੀ ਸੇਵਾ ਚੱਲ ਰਹੀ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਬਣ ਰਿਹਾ।
ਇਸੇ ਜਗ੍ਹਾ ਦੇ ਉੱਤੇ ਵੱਡਾ ਗੁਰਦੁਆਰਾ ਸਾਹਿਬ ਬਣ ਰਿਹਾ, ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣ ਰਿਹਾ, ਵੱਡਾ ਦੀਵਾਨ ਹਾਲ ਬਣ ਰਿਹਾ ਜਿਹਦੇ ਵਿੱਚ ਘੱਟ ਤੋਂ ਘੱਟ 8 to 10,000 ਸੰਗਤ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰ ਸਕੇ। ਨਾਲ ਹੀ ਇੱਥੇ ਵੱਡੀ ਸਰਾਂ ਬਣ ਰਹੀ ਹੈ ਪਿਆਰਿਓ ਕਿ ਜਦੋਂ ਵੀ ਸੰਗਤਾਂ ਅੰਮ੍ਰਿਤਸਰ ਸਾਹਿਬ ਆਉਣ ਉਹਨਾਂ ਦੀ ਰਿਹਾਇਸ਼ ਦਾ ਸੋਹਣਾ ਪ੍ਰਬੰਧ ਹੋਵੇ ਔਰ ਇੱਥੋਂ ਹੀ ਗੱਡੀਆਂ ਦਾ ਪ੍ਰਬੰਧ ਹੋ ਜੇ, ਜਿਹੜੀਆਂ ਗੱਡੀਆਂ ਦਰਬਾਰ ਸਾਹਿਬ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਲੈ ਵੀ ਜਾਇਆ ਕਰਨ, ਵਾਪਸੀ ਇੱਥੇ ਲੈ ਵੀ ਆਇਆ ਕਰਨ। ਤੋ ਇਸ ਮੁਹਿੰਮ ਦੇ ਵਿੱਚ, ਇਹ ਵੱਡੇ ਸੇਵਾਵਾਂ ਦੇ ਕੁੰਭ ਦੇ ਵਿੱਚ, ਭੂਮੀ ਦਾਨ ਦੇ ਵਿੱਚ, ਸਰਾਂ ਦੇ ਕਾਰਜ ਦੇ ਵਿੱਚ, ਪੰਛੀਆਂ ਦੀ ਸੇਵਾ ਦੇ ਵਿੱਚ ਤੁਸੀਂ ਸਾਰੇ ਆਪਣਾ ਆਪਣਾ ਦਸਵੰਧ ਜ਼ਰੂਰ ਕੱਢਿਓ। ਇਹ ਆਪਣਾ ਦਸਵੰਧ ਤੁਸੀਂ ਜੋ ਅਕਾਊਂਟ ਡਿਟੇਲਸ ਚੱਲ ਰਹੀ ਹੈ ਤੁਹਾਡੀ ਟੀ ਵੀ ਸਕਰੀਨ ਦੇ ਉੱਤੇ, ਆਪਣੀ ਸੇਵਾ ਤੁਸੀਂ ਅਕਾਊਂਟਾਂ 'ਚ ਵੀ ਪਾ ਸਕਦੇ ਹੋ ਔਰ ਆਪਣਾ ਦਸਵੰਧ ਸਾਨੂੰ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ। ਇੱਕੋ ਹੀ ਨੰਬਰ ਹੈ ਟਰੱਸਟ ਦਾ ਜਿਹੜਾ ਤੁਹਾਡੇ ਟੀ ਵੀ ਸਕਰੀਨ 'ਤੇ ਚੱਲ ਰਿਹਾ, 9815098951398501509513। ਇੱਕੋ ਹੀ ਨੰਬਰ ਹੈ ਜਿਹਦੇ ਵਿੱਚ ਤੁਸੀਂ ਪੇਟੀਐਮ, ਗੂਗਲ ਪੇ ਔਰ ਫੋਨਪੇ ਕਰ ਸਕਦੇ। ਕਿਊ ਆਰ ਕੋਡ ਵੀ ਤੁਹਾਡੇ ਸਕਰੀਨ ਦੇ ਉੱਤੇ ਮੈਨਸ਼ਨ ਹੋ ਰਿਹਾ, ਇਸ ਕਿਊ ਆਰ ਕੋਡ ਰਾਹੀਂ ਵੀ ਤੁਸੀਂ ਸੇਵਾ ਕਰ ਸਕਦੇ ਔਰ ਜਦੋਂ ਵੀ ਆਪਣੀ ਸੇਵਾ ਤੁਸੀਂ ਟਰੱਸਟ ਲਈ ਭੇਜੋ, ਸਾਨੂੰ ਫੋਨ ਕਰਕੇ ਇਨਫੋਰਮੇਸ਼ਨ ਜ਼ਰੂਰ ਦੇ ਦੇਣਾ ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਸਮੇਂ ਸਿਰ ਭੇਜਿਆ ਜਾ ਸਕੇ। ਇਹ ਸੇਵਾਵਾਂ ਦੇ ਕੁੰਭ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਸਾਥ ਦਿਓ ਤਾਂ ਜੋ ਇਹ ਸੇਵਾਵਾਂ ਨਿਰੰਤਰਤਾਈ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗ ਜੀ, ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ, ਆਈ ਸੀ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਣਾਦਾਇਕ ਅਨਮੋਲ ਬਚਨ ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ ਚਾਰ ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜਾਵੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ ਆਪਣੇ ਘਰ ਹੋਏਗਾ, ਰਾਜ਼ੀ ਰਹੋ, ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਏ, ਗੁਰੂ ਨਾਨਕ ਏ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਏ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇੰਨਾ ਸੰਗਤਾਂ ਨੇ ਲਾਭ ਲਿਆ, ਇਹ ਜਿਹੜਾ ਪ੍ਰੇਰਣਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ, ਚਾਰ ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ, ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ ਔਰ
ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98-709-004 9875909004 ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ, ਆਪ ਜੀ ਦੇ ਚਰਨਾਂ ਵਿੱਚ ਸਨੇਮਰ ਬੇਨਤੀ। ਹਰ ਐਤਵਾਰ ਅਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪੜ ਜਪਜੀ ਸਾਹਿਬ, ਦੋ ਪੜ ਚੁਪਈ ਸਾਹਿਬ, ਇੱਕ ਪੜ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ ਚਾਰ ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ, 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲੇ, ਉਹ ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ 1-1 ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ
ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।